9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਹੋਣ ਜਾ ਰਿਹਾ। ਇਸ ਦੇ ਨਾਲ ਹੀ ਭਾਰਤ ਦੀਆਂ ਸਿੱਖ ਸੰਗਤਾਂ ਪਾਕਿਸਤਾਨ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਜਾ ਸਕਣਗੀਆਂ। ਇਸ ਸਭ ਦੇ ਵਿਚਕਾਰ ਭਾਰਤੀ ਸੁਰੱਖਿਆ ਏਜੰਸੀਆਂ ਨੇ ਇੱਕ ਅਲਰਟ ਜਾਰੀ ਕੀਤਾ। ਸੁਰੱਖਿਆ ਏਜੰਸੀਆਂ ਨੇ ਚਿੰਤਾ ਜ਼ਾਹਿਰ ਕਰਦਿਆਂ ਡੇਰਾ ਬਾਬਾ ਨਾਨਕ ਵਿਖੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਦੀ ਗੱਲ ਆਖੀ ਹੈ। ਖੁਫੀਆ ਏਜੰਸੀਆਂ ਦੀ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਅੱਤਵਾਦੀ ਘੁਸਪੈਠ ਕਰ ਸਕਦੇ ਹਨ, ਪਰ ਡੇਰਾ ਬਾਬਾ ਨਾਨਕ ਵਿੱਚ ਤੈਨਾਤ SP ਬਟਾਲਾ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜਿਹੀ ਕੋਈ ਇਨਪੁੱਟ ਨਹੀਂ ਮਿਲੀ ਅਤੇ ਕਰਤਾਰਪੁਰ ਕੋਰੀਡੋਰ ਦੀ ਸੁਰੱਖਿਆ ਲਈ 5,000 ਦੇ ਕਰੀਬ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ ਅਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਹਨ। ਸਕਿਉਰਟੀ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ, ਸਾਰੇ ਵੱਖ ਵੱਖ ਨਾਕੇ ਪੈਟਰੋਲਿੰਗਾਂ ਅਤੇ ਹਰੇਕ ਪੰਡਾਲ ਦੇ ਉੱਤੇ ਵੀ ਸਾਰੀ ਡਿਊਟੀ ਬੜੀ ਵਧੀਆ ਤਰੀਕੇ ਨਾਲ ਅਸੀਂ ਕਰ ਰਹੇ ਹਾਂ ਅਤੇ ਪ੍ਰੋਪਰ ਸਾਰੇ ਅਫਸਰਾਂ ਨੂੰ ਆਪਣਾ ਆਪਣਾ ਪੁਆਇੰਟ ਦਿੱਤਾ ਹੋਇਆ। ਤਕਰੀਬਨ ਸਾਡੇ ਵੱਲੋਂ ਸਾਰੀ ਪੂਰੀ ਜਿਹੜੀ ਸਿਕਿਉਰਟੀ ਆ ਉਹ ਲੱਗੀ ਹੋਈ ਹੈ। ਕਿੰਨੀ ਸਿਕਿਉਰਟੀ ਲੱਗੀ ਸਰ ਇਹਨਾਂ ਜ਼ਿਲ੍ਹਿਆਂ ਦੀ? ਜ਼ਿਲ੍ਹੇ ਤਾਂ ਇਹਦੇ 'ਚ ਕਾਫੀ ਨੇ, ਕਮਾਂਡੈਂਟ ਨੇ ਜ਼ਿਆਦਾ ਤਾਂ, ਜ਼ਿਲ੍ਹੇ ਵੀ ਹੈਗੇ ਨੇ 5-6, ਪਰ ਇਹਦੇ ਵਿੱਚ ਹੈਗੇ ਸਾਡੇ ਕਰੀਬ 5,000 ਦੇ ਲਗਭਗ। ਤੁਹਾਨੂੰ ਇਹ ਵੀ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਰਤਾਰਪੁਰ ਕੋਰੀਡੋਰ ਖੋਲ੍ਹਣ ਪਿੱਛੇ ਪਹਿਲਾਂ ਹੀ ਪਾਕਿਸਤਾਨ ਦੀ ਕੋਈ ਚਾਲ ਹੋਣ ਬਾਰੇ ਬਿਆਨ ਦੇ ਚੁੱਕੇ ਹਨ। ਉੱਥੇ ਸੁਰੱਖਿਆ ਏਜੰਸੀਆਂ ਦਾ ਇਹ ਅਲਰਟ ਪਾਕਿਸਤਾਨ ਦੇ ਦੋਸਤੀ ਦੇ ਦਾਅਵਿਆਂ ਉੱਤੇ ਸਵਾਲ ਖੜ੍ਹੇ ਕਰ ਰਿਹਾ ਹੈ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3-5,000 ਡਾਲਰ ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।